ਔਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਮੈਂ ਤੁਹਾਡਾ ਦੋਸਤ ਔਜ਼ ਜੱਟ, ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਮਿਸਟਰ ਜੱਟ। ਇੱਕ ਫਜ਼ੂਲ ਜੀ ਚੀਜ਼, ਇੱਕ ਬੇਕਾਰ ਜੀ ਚੀਜ਼ ਇੱਕ ਨੌਜਵਾਨ ਦੀ ਜਾਨ ਲੈ ਗਈ, ਜਿਹਦਾ ਨੂੰ ਕੋਈ ਫਾਇਦਾ ਨਾ ਖਾਣੇ ਦਾ ਨਾ ਪੀਣੇ ਦਾ, ਜਿਹਦਾ ਨੁਕਸਾਨ ਹੀ ਨੁਕਸਾਨ ਆ, ਮੈਦੇ ਨੂੰ ਨੁਕਸਾਨ, ਜਿਗਰ ਨੂੰ ਨੁਕਸਾਨ, ਹਰ ਤਰਫ ਨੁਕਸਾਨ ਹੈ। ਇੱਕ ਜ਼ਬਾਨ ਦਾ ਜ਼ਾਇਕਾ ਵਾ, ਇੱਕ ਜ਼ਬਾਨ ਦੀ ਚਸ ਆ, ਇੱਕ ਜ਼ਬਾਨ ਦਾ ਮਜ਼ਾ ਵਾ, ਲੇਕਿਨ ਉਹਦਾ ਕੋਈ ਫਾਇਦਾ ਨਹੀਂ, ਕੋਈ ਤਵਨਾਈ ਨਹੀਂ, ਕੋਈ એનર્ਜੀ ਨਹੀਂ। ਹਾਂ ਨਾਜ਼ਰੀਨ, ਮੈਂ ਗੱਲ ਕਰ ਰਿਹਾ ਉਸ ਨੌਜਵਾਨ ਦੀ ਜਿਹੜਾ ਸਟੈਂਕ ਬੋਤਲ ਪੀਣੇ ਨਾਲ ਸ਼ਹੀਦ ਹੋ ਗਿਆ, ਜਿਹੜੀ ਸਟੈਂਕ ਬੋਤਲ ਜਿਹੜੀ ਪੀਤੀ ਉਹਨੇ, ਉਹ ਐਕਸਪੇਅਰ ਸੀਗੀ, ਉਹਦੇ ਪੀਣੇ ਨਾਲ ਉੱਥੇ ਹੀ ਜਾਂ ਬਹੱਕ ਹੋ ਗਿਆ, ਔਰ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ, ਆਪਣੀ ਜਾਨ 'ਤੇ ਖੇਲ ਗਿਆ, ਲੇਕਿਨ ਉਹ ਵਿਚਾਰਾ ਉੱਥੇ ਹੀ ਸ਼ਹੀਦ ਹੋ ਗਿਆ। ਨਾਜ਼ਰੀਨ, ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਹਾ, ਫੋਟੋ ਦਿਖਾ ਰਿਹਾ, ਜਾਂਪੁਰ ਦਾ ਨੌਜਵਾਨ ਸਟੈਂਕ ਬੋਤਲ ਜਿਹੜੀ ਐਕਸਪੈਰੀ ਸੀ ਪੀਣੇ ਨਾਲ, ਉਸ ਟਾਈਮ ਹੀ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ। ਕਿਸ ਤਰ੍ਹਾਂ ਜਾਨ ਦੀ ਬਾਜ਼ੀ ਹਾਰ ਗਿਆ? ਇਹ ਬੋਤਲ ਜਿਹੜੀ ਸੀ ਇਹ ਐਕਸਪੈਰ ਸੀਗੀ, ਉਹਨਾਂ ਨੂੰ ਚਾਹੀਦਾ ਹੈ, ਦੁਕਾਨਦਾਰ ਨੂੰ ਐਕਸਪੈਰ ਚੀਜ਼ ਨਹੀਂ ਰੱਖਣੀ ਚਾਹੀਦੀ। ਉਹ ਵਿਚਾਰਾ ਪੀਂਦਾ ਗਿਆ ਅਤੇ ਉੱਥੇ ਹੀ ਢੇਰ ਹੋ ਗਿਆ। ਬਹੁਤ ਵੱਡਾ ਆਲਮੀ ਹੈ, ਨੌਜਵਾਨ ਲੜਕਾ ਸੀਗਾ, ਨੌਜਵਾਨ ਬੱਚਾ ਸੀਗਾ। ਇਸ ਵਾਸਤੇ ਚਾਹੀਦਾ ਇੱਕ ਫਜ਼ੂਲ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਇੱਕ ਫਜ਼ੂਲ ਚੀਜ਼ ਦਾ ਬੋਤਲ, ਇਹਦਾ ਕੋਈ ਫਾਇਦਾ ਨਹੀਂ, ਇੱਕ ਜਿਗਰ ਨੂੰ ਨੁਕਸਾਨ ਦੀ ਹੈ, ਇੱਕ ਮੈਦੇ ਨੁਕਸਾਨ ਦਿੰਦੀ ਆ। ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਫਜ਼ੂਲ ਚੀਜ਼ਾਂ ਤੋਂ ਪਰਹੇਜ਼ ਕਰਨੀ ਚਾਹੀਦੀ ਹੈ, ਇਹਨਾਂ ਡਰਿੰਕਾਂ ਤੋਂ ਮਜ਼ਾ ਲੈਣ ਦੀ ਬਜਾਏ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਸਾਦਾ ਪਾਣੀ ਪੀਣਾ ਚਾਹੀਦਾ ਹੈ, ਨਾ ਕਿ ਇਹ ਬਾਜ਼ਾਰੀ ਚੀਜ਼ਾਂ ਇਸਤੇਮਾਲ ਕਰਨੀ ਚਾਹੀਦੀ, ਇਹਨਾਂ ਦਾ ਕੋਈ ਫਾਇਦਾ ਕਹਿ ਨਹੀਂ। ਤੁਹਾਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਬਣਦੀਆਂ ਵਾ, ਕੀ ਇਹਦੇ ਵਿੱਚ ਕੈਮੀਕਲ ਸ਼ਾਮਿਲ ਹੁੰਦੇ ਆ, ਜਿਹੜੀ ਇੱਕ ਨੌਜਵਾਨ ਬੱਚੇ ਦੀ ਜਾਨ ਲੈ ਗਈ, ਨੌਜਵਾਨ ਲੜਕੇ ਦੀ ਜਾਨ ਲੈ ਗਈ, ਉਹ ਵਿਚਾਰੇ ਇੱਕ ਮਾਂ ਬਾਪ ਦਾ ਅਕੇਲਾ ਸਹਾਰਾ ਸੀਗਾ, ਉਹਦੀ ਜਾਨ ਲੈ ਗਈ। ਇਹ ਬਹੁਤ ਹੀ ਬੜਾ ਆਲਮੀ ਹੈ ਸਾਡੇ ਵਾਸਤੇ। ਇਸ ਵਾਸਤੇ ਸਾਨੂੰ ਚਾਹੀਦਾ ਕਿ ਸਾਦਾ ਪਾਣੀ ਪੀ ਲੈਣਾ ਚਾਹੀਦਾ ਵਾ, ਇਸ ਘਰ ਦੀ ਖਾਲਸ ਕੋਈ ਚੀਜ਼ ਇਸਤੇਮਾਲ ਕਰ ਲੈਣੀ ਚਾਹੀਦੀ, ਬਾਜ਼ਾਰੀ ਚੀਜ਼ਾਂ ਪਰਹੇਜ਼ ਕਰਨੀ ਚਾਹੀਦੀ ਆ। ਇਹ ਬੋਤਲ ਜਿਹੜੀ ਹੈ, ਮੂੰਹ ਦਾ ਜ਼ਾਇਕਾ, ਮੂੰਹ ਦਾ ਚਸ, ਮੂੰਹ ਦਾ ਮਜ਼ਾ ਵਾ। ਇਸ ਵਾਸਤੇ ਸਾਨੂੰ ਚਾਹੀਦਾ ਹੈ ਬਾਜ਼ਾਰੀ ਚੀਜ਼ ਨੂੰ ਪਰਹੇਜ਼ ਕਰਨਾ ਚਾਹੀਏ। ਇਹ ਮਸ਼ਰੂਬਾਤ ਜਿਹੜੇ ਬਾਜ਼ਾਰੀਆਂ ਤੋਂ ਬਚਣਾ ਚਾਹੀਦਾ ਵਾ। ਪਾਣੀ ਤੁਸੀਂ ਲੱਖ ਸੌ ਫੀਸਦ ਪਾਣੀ ਅੱਛਾ ਹੋਇਆ ਨਾ ਮਸ਼ਰੂਬਾਤ ਤੋਂ। ਫਲ ਖਾ ਲਓ ਤੁਸੀਂ, ਤਰਬੂਜ਼ ਖਾ ਲਓ, ਲੇਕਿਨ ਖੁਦਾ ਦਾ ਵਾਸਤਾ ਮੈਂ ਤਾਂ ਹੱਥ ਜੋੜ ਕੇ ਤੁਹਾਡੇ ਲਾਗੇ ਅਰਜ਼ ਕਰਦਾ ਵਾਂ, ਇਹ ਫਜ਼ੂਲ ਚੀਜ਼ਾਂ ਬਿਲਕੁਲ ਇਸਤੇਮਾਲ ਨਾ ਕਰੋ, ਇਹ ਮਸ਼ਰੂਬਾਤ ਤੋਂ ਬਚੋ, ਬਾਰ-ਬਾਰ ਬਚੋ ਇਹਨਾਂ ਵਾਸਤੇ। ਪਾਣੀ ਤੁਸੀਂ ਸਾਦਾ ਪਾਣੀ ਪੀ ਲਓ ਅਤੇ ਲੇਕਿਨ ਬਾਜ਼ਾਰੀ ਚੀਜ਼ਾਂ ਤੋਂ ਬਚੋ। ਦੇਖ, ਇੱਕ ਨੌਜਵਾਨ ਜਿਹੜੀ ਤੁਹਾਡੀ ਤਸਵੀਰ ਤੁਹਾਡੇ ਨਾਲ ਚੱਲ ਰਹੀ ਹੈ, ਵਿਚਾਰਾ ਆਪਣੇ ਜਾਨ ਦੀ ਬਾਜ਼ੀ ਹਾਰ ਗਿਆ ਵਾ, ਇੱਕ ਗਲਤ ਚੀਜ਼ ਪੀਣੇ ਨਾਲ, ਇੱਕ ਮਸ਼ਰੂਬਾਤ, ਬਾਜ਼ਾਰੀ ਮਸ਼ਰੂਬ ਪੀਣੇ ਨਾਲ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ। ਅੱਲਾਹ ਤਾਲਾ ਇਹਨੂੰ ਜੰਨਤ 'ਚ ਆਲਾ ਮਕਾਮ ਅਤਾ ਫਰਮਾਏ, ਔਰ ਵਾਲਦਿਆਂ ਨੂੰ ਸਬਰ ਜਮੀਲ ਅਤਾ ਫਰਮਾਏ। ਇਸ ਵਾਸਤੇ ਸਾਰਿਆਂ ਨੂੰ, ਭਾਈਆਂ ਨੂੰ ਅਰਜ਼ ਹੈ ਕਿ ਫਜ਼ੂਲ ਚੀਜ਼ਾਂ ਤੋਂ ਪਰਹੇਜ਼ ਕਰੋ, ਇਹ ਬਾਜ਼ਾਰੀ ਡਰਿੰਕ ਜਿੰਨੇ ਵੀ ਇਹਨਾਂ ਦਾ ਬਾਈਕਾਟ ਕਰੋ, ਬਿਲਕੁਲ ਨਾ ਪੀਓ। ਬਸ, ਅਗਰ ਵੀਡੀਓ ਪਸੰਦ ਆਏ, ਮੇਰਾ ਚੈਨਲ ਮਿਸਟਰ ਜੱਟ ਔਰ ਫੇਸਬੁੱਕ ਪੇਜ ਜ਼ਹਿਰ ਜੱਟ ਨੂੰ ਫਾਲੋ ਕਰੋ। ਓਕੇ, ਅੱਲਾ ਹਾਫਿਜ਼।